ਅੱਜ ਹਿੰਦੁਸਤਾਨ ਦੀ ਸਰਕਾਰ ਨੇ ਧਾਰਾ 370 ਖਤਮ ਕੀਤੀ ਹੈ ਕਸ਼ਮੀਰ ਦੇ ਵਿੱਚ, ਅਤੇ ਕਸ਼ਮੀਰ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਅੰਦਰ ਹਫੜਾ ਦਫੜੀ ਮੱਚੀ ਹੋਈ ਹੈ। ਖਾਸ ਤੌਰ 'ਤੇ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਵੇਖਿਓ ਕਿਵੇਂ ਸੰਘੀ ਲੋਕ ਜਿਹੜੇ ਨੇ, ਨਫ਼ਰਤ ਫੈਲਾਉਣ ਵਾਲੇ ਜਿਹੜੇ ਲੋਕ ਨੇ, ਇਹ ਲਿਖ ਰਹੇ ਨੇ ਉੱਥੋਂ ਦੀਆਂ ਕਸ਼ਮੀਰ ਦੀਆਂ ਜਿਹੜੀਆਂ ਬਹੁ ਬੇਟੀਆਂ ਨੇ, ਧੀਆਂ ਨੇ, ਉਹਨਾਂ ਨੂੰ ਪਲਾਟ ਲਿਖਦੇ ਨੇ। ਪਲਾਟ, ਆਹ ਮੇਰਾ ਪਲਾਟ ਹੈ, ਆਹ ਤੇਰਾ ਪਲਾਟ ਹੈ। ਅਤੇ ਅੱਜ ਭਾਜਪਾ ਦੇ ਬੇਅੰਤ ਨੇਤਾ ਜਿਹੜੇ ਨੇ ਉਹ ਇਹ ਬਿਆਨ ਦੇ ਰਹੇ ਨੇ ਕਿ ਜਿਹੜੇ ਭਾਜਪਾ ਦੇ ਕੁਆਰੇ ਮੁੰਡੇ ਨੇ ਜਾਂ ਕੁਆਰੇ ਨੇਤਾ ਲੋਕ ਨੇ, ਉਹ ਕੀ ਕਰਨਗੇ ਹੁਣ ਕਿ ਉਹ ਉੱਥੇ ਜਾ ਕੇ, ਕਸ਼ਮੀਰ 'ਤੇ ਜਾ ਕੇ ਕਸ਼ਮੀਰੀ ਕੁੜੀਆਂ ਦੇ ਨਾਲ ਵਿਆਹ ਕਰਾਉਣ। ਧਾਰਾ 370 ਨੂੰ ਖਤਮ ਕਰਨ ਦੇ ਪਿੱਛੇ ਕਾਰਨ ਭਲਾ ਕੀ ਹੈ? ਮੈਂ ਮੁੜ ਕੇ ਪੰਜਾਬ ਦੇ ਵੱਲ ਆਉਣਾ, ਪੰਜਾਬ ਦੀ ਧਰਤੀ ਦੇ ਵੱਲ ਆਉਣਾ ਹੈ। ਜਿਹੜੇ ਸੁਣ ਰਹੇ ਨੇ ਧਿਆਨ ਨਾਲ ਸੁਣਿਓ, ਧਾਰਾ 370 ਨੂੰ ਖਤਮ ਕਰਨ ਦੇ ਪਿੱਛੇ ਕਾਰਨ ਕੀ ਕਿ ਕਸ਼ਮੀਰ ਦੀ ਧਰਤੀ ਦੇ ਉੱਤੇ ਕਿਸੇ ਟਾਈਮ ਕੋਈ ਜ਼ਮੀਨ ਨਹੀਂ ਸੀ ਖਰੀਦ ਸਕਦਾ। ਕਸ਼ਮੀਰ ਦਾ ਇੱਕ ਵੱਖਰਾ ਇੱਕ ਆਪਣਾ ਝੰਡਾ ਸੀ, ਕਸ਼ਮੀਰ ਦੇ ਕੁਝ ਖਾਸ ਹੱਕ ਸਨ। ਮੈਂ ਇੱਕ ਨਿੱਕੀ ਜਿਹੀ ਟਿੱਪ ਤੁਹਾਨੂੰ ਦੇ ਕੇ ਅਗਾਂਹ ਚੱਲਾਂ। ਧਾਰਾ 370 ਖਤਮ ਹੋਈ, ਅੱਜ ਕੀ ਹੋਏਗਾ ਕਿ ਉੱਥੇ ਧੜਾਧੜ ਜਿਹੜੇ ਇਹ ਨਫ਼ਰਤ ਫੈਲਾਊ ਲੋਕ ਨੇ ਉਹ ਆਪਣਾ ਬਿਜ਼ਨਸ ਸੈੱਟ ਕਰਨਗੇ। ਧੜਾਧੜ ਜ਼ਮੀਨਾਂ ਖਰੀਦੀਆਂ ਜਾਣਗੀਆਂ, ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਜਾਵੇਗਾ, ਉਹਨਾਂ ਦੀਆਂ ਬਹੁ ਬੇਟੀਆਂ ਦੇ ਨਾਲ ਬਲਾਤਕਾਰ ਕੀਤੇ ਜਾਣਗੇ, ਰਾਤ ਦਿਨ ਉਹਨਾਂ ਦੇ ਉੱਤੇ ਜ਼ੁਲਮ ਹੋਵੇਗਾ। ਇਹਨਾਂ ਦੀ ਕੀ ਨੀਅਤ ਕੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਦਿਓ, ਖਤਮ ਕਰ ਦਿਓ ਕਿ ਆਪਣੇ ਆਪ ਕਸ਼ਮੀਰ ਛੱਡ ਕੇ ਉਹ ਚਲੇ ਜਾਣ? ਅਤੇ ਕਸ਼ਮੀਰ ਸਾਡਾ, ਕਸ਼ਮੀਰ ਦੀ ਅੱਜ ਮੈਂ ਹਿਸਟਰੀ ਪੜ੍ਹ ਰਿਹਾ ਸੀ। ਕਿਸੇ ਟਾਈਮ ਕਸ਼ਮੀਰ ਦੀ ਧਰਤੀ ਖਾਲਸਾ ਰਾਜ ਦਾ ਇੱਕ ਹਿੱਸਾ ਸੀ, ਕਿਸੇ ਟਾਈਮ ਕਸ਼ਮੀਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ ਗਿਆ ਸੀ, ਕਿਸੇ ਟਾਈਮ ਕਸ਼ਮੀਰ ਦੀ ਧਰਤੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਡੰਕਾ ਚੱਲਦਾ ਸੀ। ਥੋੜ੍ਹੀ ਜਿਹੀ ਆਪਾਂ ਹਿਸਟਰੀ ਨੂੰ ਵਾਚਦੇ ਹਾਂ, ਨਾਲ ਦੀ ਨਾਲ ਸਾਨੂੰ ਸਮਝ ਲੱਗੇਗੀ ਕੀ ਗੱਲ ਹੈ। ਇਤਿਹਾਸਕਾਰ ਕਹਿੰਦੇ ਨੇ ਕਿ ਕਸ਼ਮੀਰ ਦੀ ਧਰਤੀ ਉੱਤੇ ਸੰਨ 1315 ਤੋਂ ਲੈ ਕੇ ਸੰਨ 1819 ਤੱਕ ਲਗਾਤਾਰ ਵਿਦੇਸ਼ੀਆਂ ਦਾ ਰਾਜ ਰਿਹਾ, ਜਿਸ ਕਰਕੇ ਵਿਦੇਸ਼ੀਆਂ ਨੇ ਉੱਥੇ ਰਹਿਣ ਵਾਲੇ ਜਿਹੜੇ ਹਿੰਦੁਸਤਾਨੀ ਲੋਕ ਸਨ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ, ਜਿਵੇਂ ਅੱਜ ਹੋ ਰਿਹਾ ਨਾ। ਪਹਿਲਾਂ ਕੀ ਸੀ ਕਿ ਹਿੰਦੂ 'ਤੇ ਜ਼ੁਲਮ ਕੀਤਾ ਜਾਂਦਾ ਸੀ ਅਤੇ ਜ਼ੁਲਮ ਕਰਨ ਵਾਲੇ ਵਿਦੇਸ਼ੀ ਸੀ, ਹੁਣ ਕੀ ਹੈ, ਹੁਣ ਉੱਥੋਂ ਦੇ ਮੁਸਲਮਾਨਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਅਤੇ ਜ਼ੁਲਮ ਕਰਨ ਵਾਲੇ ਦੇਸੀ ਹੈ। ਕਹਾਣੀ ਪਲਟ ਗਈ ਹੈ, ਲੇਕਿਨ ਜ਼ੁਲਮ ਹੋ ਰਿਹਾ। ਉਸ ਟਾਈਮ ਵੀ ਜਿਨ੍ਹਾਂ ਉੱਤੇ ਜ਼ੁਲਮ ਕੀਤਾ ਗਿਆ ਉਹ ਨਿਹੱਥੇ ਲੋਕ ਸੀ, ਮਜ਼ਲੂਮ ਸਨ, ਮਾੜੇ ਸਨ, ਅਤੇ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ। ਅੱਜ ਵੀ ਜਿਨ੍ਹਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ, ਇਹ ਨਹੀਂ ਹੈ ਗੱਲ ਕਿ ਹਿੰਦੂ ਕੀ ਹੈ ਅਤੇ ਮੁਸਲਮਾਨ ਕੀ ਹੈ, ਗੱਲ ਇਹ ਹੈ ਕਿ ਉਹ ਇਨਸਾਨ ਹੈ, ਉਹ ਮਜ਼ਲੂਮ ਹੈ ਅਤੇ ਉਹਨਾਂ ਉੱਤੇ ਜ਼ੁਲਮ ਹੈ। ਪਠਾਣਾ ਦੇ ਵੇਲੇ ਤੋਂ ਮੈਂ ਜੋ ਹਿਸਟਰੀ ਪੜ੍ਹੀ ਹੈ ਕਿ ਪਠਾਣਾ ਦਾ ਜਿਹੜਾ ਟਾਈਮ ਸੀ ਉਸ ਟਾਈਮ ਦਾ, ਉਸ ਟਾਈਮ ਇੱਦਾਂ ਦੇ ਕੁਝ ਕਾਨੂੰਨ ਬਣਾਏ ਗਏ ਸੀ ਕਿ ਕੋਈ ਵੀ ਹਿੰਦੂ ਪੈਰ ਵਿੱਚ ਜੁੱਤੀ ਅਤੇ ਸਿਰ ਦੇ ਉੱਤੇ ਪੱਗ ਨਹੀਂ ਸੀ ਬਣ ਸਕਦਾ, ਅਤੇ ਇੱਦਾਂ ਦੀਆਂ ਕਹਾਵਤਾਂ ਵੀ ਮਸ਼ਹੂਰ ਸੀ, ਬੂਟਾ ਚੁੱਕ ਕੇ ਖਾਸਾ ਦਿੱਤਾ, ਜਿਹਦਾ ਮਤਲਬ ਸੀ ਕਿ ਜੇ ਤੂੰ ਹਿੰਦੂ ਹੈ ਤਾਂ ਮੈਂ ਤੇਰੇ 'ਤੇ ਸਵਾਰ ਹੋ ਕੇ ਜਾਵਾਂਗਾ। ਇੱਦਾਂ ਦੇ ਕਾਨੂੰਨ ਸਨ ਉਸ ਟਾਈਮ ਦੇ। ਔਰ ਇਤਿਹਾਸਕਾਰ ਕਹਿੰਦੇ ਨੇ ਕਿ ਕਸ਼ਮੀਰੀ ਜਨਤਾ ਦਾ ਉਸ ਟਾਈਮ ਬਹੁਤ ਮਾੜਾ ਹਾਲ ਸੀ, ਅਤੇ ਉਸ ਟਾਈਮ ਇੱਕ ਪੰਡਿਤ ਬੀਰਬਲ ਜਿਹੜਾ ਕਿ ਉਸ ਟਾਈਮ ਦੇ ਜਿਹੜਾ ਉੱਥੋਂ ਦਾ ਰਾਜਾ ਸੀ, ਉਹਦਾ ਦੀਵਾਨ ਹੋਵੇਗਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ 20 ਅਪ੍ਰੈਲ ਸੰਨ 1819 ਨੂੰ 30,000 ਦੀ ਫੌਜ ਭੇਜੀ ਲਾਹੌਰ ਤੋਂ। ਇਹ ਗੱਲ ਧਿਆਨ ਨਾਲ ਸੁਣਿਓ। ਅੱਜ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਹੁਕਮ ਸਿੰਘ ਚਿਮਣੀ, ਦੀਵਾਨ ਚੰਦ, ਜ਼ਫਰ ਜੰਗ ਆਦਿਕ ਬਹੁਤ ਸਾਰੇ ਜਿਹੜੇ ਜਰਨੈਲ ਸੀ ਉਹ ਨਾਲ ਲਏ ਗਏ, ਔਰ ਖਾਲਸਾ ਫੌਜਾਂ ਉੱਥੋਂ ਤੁਰ ਪਈਆਂ। ਭਿੰਬਰ ਤੋਂ ਹੁੰਦੀਆਂ ਹੋਈਆਂ ਖਾਲਸਾ ਫੌਜਾਂ ਸੈਦਾਬਾਦ ਪਹੁੰਚੀਆਂ ਅਤੇ ਉੱਥੋਂ ਦੇ ਜਿਹੜੇ ਪੁਰਾਣੇ ਕਿਲ੍ਹੇ ਸੀ ਉਹਨੂੰ ਉਹਨਾਂ ਨੇ ਜਿੱਤਿਆ ਸਭ ਤੋਂ ਪਹਿਲਾਂ। ਔਰ ਇਤਿਹਾਸਕਾਰ ਕਹਿੰਦਾ, ਸਾਡੀ ਹਿਸਟਰੀ ਕਹਿੰਦੀ ਹੈ ਕਿ 1 ਮਈ ਸੰਨ 1819 ਨੂੰ
ਸਭ ਤੋਂ ਪਹਿਲਾਂ ਉਹਨਾਂ ਨੇ ਰਜੌੜੀ ਦੇ ਉੱਤੇ ਧਾਵਾ ਬੋਲਿਆ ਖਾਲਸਾ ਫੌਜਾਂ ਨੇ, ਅਤੇ ਥੋੜ੍ਹੀ ਜਿਹੀ ਜੰਗ ਹੋਈ ਅਤੇ ਉੱਥੋਂ ਦਾ ਜਿਹੜਾ ਹਾਕਮ ਸੀ ਅਗਰ ਖਾਨ ਉਹ ਹਾਰ ਗਿਆ। ਇਸ ਤੋਂ ਬਾਅਦ ਖਾਲਸਾ ਫੌਜਾਂ ਨੇ ਬਹਿਰਾਮ ਗਲੇ 'ਤੇ ਜਾ ਕੇ ਹਮਲਾ ਕੀਤਾ, ਜਿੱਤਿਆ। ਇੱਥੋਂ ਦਾ ਅਫਗਾਨੀ ਫੌਜਦਾਰ ਨੱਸ ਕੇ ਸ਼੍ਰੀਨਗਰ ਜਾ ਪਹੁੰਚਿਆ। ਫਿਰ ਮੀਰ ਮੁਹੰਮਦ ਖਾਨ ਅਤੇ ਮੁਹੰਮਦ ਅਲੀ ਖਾਨ ਜਿਹੜੇ ਹਾਕਮ ਸਨ ਉਹਨਾਂ ਨੇ ਵੀ ਖਾਲਸਾ ਫੌਜ ਦੀ ਈਨ ਮੰਨ ਲਈ। ਪੁੰਛ ਦਾ ਹਾਕਮ ਸੀ ਜ਼ਬਰਦਸਤ ਖਾਨ, ਇਹਨੇ ਵੀ ਤਕੜੀ ਜੰਗ ਕੀਤੀ ਪਰ ਬਾਅਦ ਵਿੱਚ ਇਹ ਵੀ ਹਾਰ ਗਿਆ। 3 ਜੁਲਾਈ 1819 ਨੂੰ ਕਸ਼ਮੀਰ ਦੇ ਹਾਕਮ ਮੁਹੰਮਦ ਜ਼ਬਾਰ ਖਾਨ ਦੀ ਫੌਜ ਖਾਲਸਾ ਫੌਜਾਂ ਦੇ ਨਾਲ ਲੜੀ। ਬੜੀ ਵੱਡੀ ਜੰਗ ਹੋਈ, ਬੜੀ ਲਹੂ ਡੋਲਵੀਂ ਲੜਾਈ ਹੋਈ। ਅਤੇ ਇਤਿਹਾਸਕਾਰ ਕਹਿੰਦੇ ਨੇ ਕਿ 3 ਜੁਲਾਈ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀ ਭਿਆਨਕ ਜੰਗ ਹੋਈ। ਦੋਨੋਂ ਪਾਸੇ ਦੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਦਾ ਬੜਾ ਨੁਕਸਾਨ ਹੋਇਆ, ਪਰ ਆਖਿਰਕਾਰ ਖਾਲਸਾਈ ਫੌਜਾਂ ਨੇ ਮੈਦਾਨ ਮਾਰ ਲਿਆ। ਜਿੱਤ ਹੋਈ ਮਹਾਰਾਜਾ ਰਣਜੀਤ ਸਿੰਘ ਦੀ, ਖਾਲਸਾਈ ਫੌਜਾਂ ਦੀ। ਔਰ ਖਾਲਸਾਈ ਫੌਜਾਂ ਪਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ 4 ਜੁਲਾਈ 1819 ਨੂੰ ਸ਼੍ਰੀਨਗਰ ਵਿੱਚ ਦਾਖਲ ਹੋਈਆਂ ਅਤੇ ਸਾਰਾ ਕਸ਼ਮੀਰ ਜਿਹੜਾ ਉਹ ਖਾਲਸਾ ਰਾਜ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਪਹਿਲਾਂ ਪਹਿਲ ਉੱਥੋਂ ਦਾ ਜਿਹੜਾ ਗਵਰਨਰ ਸੀ ਦੀਵਾਨ ਮੋਤੀ ਰਾਮ ਨੂੰ ਬਣਾਇਆ ਗਿਆ, ਪਰ ਦੀਵਾਨ ਮੋਤੀ ਰਾਮ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਿਆ, ਉਹਦੀਆਂ ਕੁਝ ਕਮਜ਼ੋਰੀਆਂ ਸੀ, ਜਿਸ ਵਜ੍ਹਾ ਕਰਕੇ ਕਸ਼ਮੀਰ ਵਿੱਚ ਹਫੜਾ ਦਫੜੀ ਮੱਚ ਗਈ। ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਨੂੰ ਲਾਇਆ ਅਤੇ ਸਰਦਾਰ ਹਰੀ ਸਿੰਘ ਨਲੂਆ ਨੇ 25 ਅਗਸਤ 1820 ਨੂੰ ਉੱਥੋਂ ਦਾ ਚਾਰਜ ਸੰਭਾਲਿਆ ਸੀ। ਇਹ ਮੈਂ ਥੋੜ੍ਹੀ ਜਿਹੀ ਤੁਹਾਨੂੰ ਇੱਕ ਗੱਲ ਕਹਿ ਦੇਵਾਂ ਇੱਥੇ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਟਾਈਮ ਸੀ ਉੱਥੇ, ਇਹ ਨਹੀਂ ਵੀ ਗੜਬੜ ਉਸ ਟਾਈਮ ਨਹੀਂ ਸੀ ਹੁੰਦੀ, ਹੁੰਦੀ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦਾ ਰਾਜ ਉੱਥੇ ਕਾਇਮ ਕੀਤਾ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਦੀ ਗਵਰਨਰੀ ਦੇ ਹੇਠਾਂ ਕਸ਼ਮੀਰ ਵਾਕਿਆ ਹੀ ਸਵਰਗ ਸੀ, ਨਰਕ ਨਹੀਂ ਸੀ। ਅੱਜ ਜਿਵੇਂ 370 ਧਾਰਾ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੀ ਧਰਤੀ ਨੂੰ ਸਵਰਗ ਤੋਂ ਨਰਕ ਬਣਾ ਦਿੱਤਾ ਗਿਆ ਨਾ, ਕਿਵੇਂ ਲੋਕ ਸਰੀਆਂ ਚੁੱਕ ਚੁੱਕ ਕੇ ਉੱਥੋਂ ਦੀਆਂ ਬਹੁ ਬੇਟੀਆਂ ਵੱਲ ਵੇਖਦੇ ਨੇ, ਲੱਖ ਲਾਹਣਤ ਹੈ। ਇਹ ਹੈ ਗੰਦੇ ਖੂਨ ਦੀਆਂ ਨਿਸ਼ਾਨੀਆਂ। ਪਰ ਜਿਸ ਟਾਈਮ ਇਹ ਕਸ਼ਮੀਰ ਖਾਲਸਾਈ ਰਾਜ ਦੇ ਹੇਠਾਂ ਸੀ ਉਸ ਟਾਈਮ ਇਹ ਸਵਰਗ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਜਿਹੜਾ ਬੰਦਾ ਕੋਈ ਘਨੌਣੀ ਹਰਕਤ ਕਰੇਗਾ ਨਾ ਸਪਸ਼ਟ ਤੌਰ 'ਤੇ ਉਹਨੂੰ ਚੁਰਾਹੇ 'ਚ ਗੱਡ ਦਿੱਤਾ ਜਾਏਗਾ। ਸਾਰੇ ਕੀੜੀਆਂ ਵਾਂਗੂ ਸੌਂ ਗਏ ਸੀ, ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਦੀ ਬਹੁ ਬੇਟੀ ਦੇ ਵੱਲ ਤੱਕੇ, ਕਿਸੇ ਦੀ ਹਿੰਮਤ ਨਹੀਂ ਸੀ ਕੋਈ ਕਿਸੇ ਦੇ ਘਰ 'ਚ ਚੋਰੀ ਕਰ ਸਕੇ, ਕਿਸੇ ਦੀ ਹਿੰਮਤ ਨਹੀਂ ਸੀ ਕੋਈ ਧਾੜਵੀਆ ਧੌਣ ਚੱਕ ਸਕੇ, ਅਤੇ ਰਾਤ ਸੁੱਤੇ ਪਿਆਂ ਨੂੰ ਜਿਹੜੇ ਆਪਣੇ ਆਪ ਨੂੰ ਧਾੜਵੀਏ ਅਤੇ ਆਪਣੇ ਆਪ ਨੂੰ ਡਾਕੂ ਖਵਾਉਂਦੇ ਸੀ, ਰਾਤ ਸੁੱਤੇ ਪਿਆਂ ਨੂੰ ਚੱਕ ਲਿਆ ਜਾਂਦਾ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ ਕਸ਼ਮੀਰ ਦੀ ਧਰਤੀ 'ਤੇ, ਕੇਸਰ ਦੇ ਵਪਾਰ ਨੂੰ ਬਹੁਤ ਅਹਿਮੀਅਤ ਦਿੱਤੀ ਕਸ਼ਮੀਰ ਦੀ ਧਰਤੀ 'ਤੇ। ਔਰ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਕਸ਼ਮੀਰ ਦੀ ਧਰਤੀ ਦੇ ਵੱਲ ਆਪਣਾ ਧਿਆਨ ਰੱਖਿਆ ਅਤੇ ਕਸ਼ਮੀਰ ਦੀ ਉੱਨਤੀ ਦਾ ਇੰਨਾ ਖਿਆਲ ਰੱਖਿਆ ਕਿ ਉੱਥੋਂ ਦੇ ਵਪਾਰ ਨੂੰ, ਉੱਥੋਂ ਦੇ ਵਿਹਾਰ ਨੂੰ ਅਤੇ ਉੱਥੋਂ ਦੀ ਦਸਤਕਾਰੀ ਦੀ ਉੱਨਤ ਨੂੰ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਫੈਲਾਇਆ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਕੁਛ ਕੀਤਾ। ਇੱਕ ਹੋਰ ਗੱਲ ਮੈਂ ਦੱਸ ਦੇਵਾਂ, ਸੰਨ 1833 ਵਿੱਚ ਕਸ਼ਮੀਰ 'ਚ ਇੱਕ ਬੜਾ ਭਿਆਨਕ ਕਾਲ ਪਿਆ ਸੀ, ਹਿਸਟਰੀ ਨੂੰ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਯਾਦ ਹੋਵੇਗਾ, ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਹੜੇ ਉਹਨਾਂ ਦਾ ਖਜ਼ਾਨਾ ਸੀ, ਗੋਦਾਮ ਸੀ, ਜਿਹੜੇ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸੀ, ਹਜ਼ਾਰਾਂ ਮਣ ਅਨਾਜ ਅਤੇ ਬਹੁਤ ਸਾਰੀ ਦੌਲਤ ਕਸ਼ਮੀਰ ਵਿੱਚ ਭੇਜ ਕੇ ਕਿਹਾ ਸੀ ਇੱਥੋਂ ਦੇ ਲੋਕ ਜਿਹੜੇ ਨੇ ਉਹ ਦੁਖੀ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਇੰਡੀਆ ਦੀ ਸਰਕਾਰ ਕਸ਼ਮੀਰ ਨੂੰ ਉੱਨਤ ਕਰਨ ਦੀ ਬਜਾਏ ਉਸ ਸਵਰਗ ਨੂੰ ਹੋਰ ਚੰਗੀ ਧਰਤੀ ਵਧੀਆ ਪਲੇਸ ਬਣਾਉਣ ਦੀ ਬਜਾਏ ਉਹਨੂੰ ਗਰਕ ਕਰਨ ਵੱਲ ਤੁਰੀ ਹੈ। ਅਤੇ ਯਾਦ ਰੱਖਿਓ ਆਉਣ ਵਾਲੇ ਸਮੇਂ 'ਚ ਹਾਲ ਪੰਜਾਬ ਦਾ ਵੀ ਇਹੀ ਹੋਏਗਾ। ਹਿਮਾਚਲ ਦੇ ਵਿੱਚ ਵੀ ਤਾਂ ਧਾਰਾ ਲੱਗੀ, ਉੱਥੋਂ ਦੀ ਵੀ ਕੋਈ ਬਾਹਰੋਂ ਬੰਦਾ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ, ਕੀ ਉੱਥੋਂ ਦੀ ਧਾਰਾ ਨਹੀਂ ਤੋੜਨੀ ਚਾਹੀਦੀ? ਪਰ ਪੰਜਾਬ ਕੀ ਹੈ, ਪੰਜਾਬ ਦੇ ਵਿੱਚ ਕੋਈ ਬਿਹਾਰੀ ਆ ਰਿਹਾ, ਕੋਈ ਗੁਜਰਾਤੀ ਆ ਰਿਹਾ, ਕੋਈ ਨੇਪਾਲੀ ਆ ਰਿਹਾ, ਕੋਈ ਹੋਰ ਆ ਰਿਹਾ, ਕੋਈ ਯੂਪੀ ਦਾ ਆ ਰਿਹਾ, ਸਾਰੇ ਆਪੋ ਆਪਣੀਆਂ ਜ਼ਮੀਨਾਂ ਖਰੀਦ ਕੇ ਉੱਥੋਂ ਰਾਸ਼ਨ ਕਾਰਡ ਲੈ ਕੇ, ਆਧਾਰ ਕਾਰਡ ਲੈ ਕੇ ਵਸਨੀਕ ਬਣੇ ਹੋਏ। ਪਿੱਛੇ ਕਾਰਨ ਕੀ ਹੈ ਕਿ ਜਿਵੇਂ ਪੰਜਾਬ ਦੀ ਧਰਤੀ ਤੋਂ ਪਾਣੀ ਖੋਹਿਆ ਜਾ ਰਿਹਾ, ਪੰਜਾਬ ਦੀ ਧਰਤੀ ਵੀ ਲੋਕਾਂ ਤੋਂ ਖੋਹ ਲੈਣੀ ਹੈ।
ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ, ਅੱਜ ਜੇਕਰ ਜ਼ਮੀਨ ਦਾ ਭਾਅ ਬਹੁਤ ਅੱਪ ਹੈ, ਆਉਣ ਵਾਲੇ ਸਮੇਂ 'ਚ ਜਿੱਦਣ ਪਾਣੀ ਮੁੱਕ ਗਿਆ ਇਹ ਜ਼ਮੀਨ ਬੰਜਰ ਹੋ ਜਾਣੀ, ਪੰਜਾਬ ਦੀ ਬੰਜਰ ਹੋ ਗਈ, ਅਤੇ ਖਰੀਦਣੀ ਕਿਹਨਾਂ ਨੇ ਹੈ? ਹਿੰਦੁਸਤਾਨ ਦੇ ਵਪਾਰੀਆਂ ਨੇ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਲਾਉਣੀਆਂ ਨੇ, ਕਾਰਖਾਨੇ ਲਾਉਣੇ ਨੇ, ਕੈਮੀਕਲ ਫੈਕਟਰੀਆਂ ਲੱਗਣਗੀਆਂ, ਇੱਥੋਂ ਦਾ ਜਲ ਜੀਵਨ ਖਤਮ ਹੋ ਜਾਏਗਾ, ਅਤੇ ਇਸ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾਏਗਾ ਕਿ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਉੱਠਣਗੇ। ਪਰ ਆਪਾਂ ਅੱਜ ਵੀ ਸੁੱਤੇ ਹਾਂ, ਜਿਹੜੇ ਪੰਜਾਬੀ ਜਾਂ ਜਿਹੜੇ ਸਿੱਖ 370 ਧਾਰਾਂ ਨੂੰ ਖਤਮ ਕਰਨ 'ਤੇ ਖੁਸ਼ੀ ਮਨਾ ਰਹੇ ਨੇ, ਮੈਂ ਕਹਾਂਗਾ ਮੂੰਹ ਕਾਲੇ ਕਰਾ ਲਓ ਆਪਣੇ, ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਕੀ ਕੁਝ ਕਰਨਗੇ।